ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ, ਮੈਂ ਹਾਂ ਅਮਨ ਲੂਣਾ। ਟ੍ਰੈਫਿਕ ਨਿਯਮਾਂ ਦੀ ਧੱਜਾ ਉਡਾਉਣ ਵਾਲੇ ਜਿਨ੍ਹਾਂ ਲੋਕਾਂ ਦੇ ਲਾਇਸੈਂਸ 3 ਮਹੀਨੇ ਲਈ ਸਸਪੈਂਡ ਕੀਤੇ ਜਾਂਦੇ ਸੀ, ਹੁਣ ਉਹਨਾਂ ਨੂੰ ਆਸਾਨੀ ਨਾਲ ਇਹ ਲਾਇਸੈਂਸ ਨਹੀਂ ਮਿਲਣਗੇ, ਕਿਉਂਕਿ ਹੁਣ ਪੁਲਿਸ ਦੀ ਕਲਾਸਾਂ ਜਿਹੜੀਆਂ ਉਹਨਾਂ ਨੂੰ ਅਟੈਂਡ ਕਰਨੀਆਂ ਪੈਣਗੀਆਂ ਅਤੇ ਕਲਾਸਾਂ ਅਟੈਂਡ ਕਰਨ ਤੋਂ ਬਾਅਦ ਇੱਕ ਪੇਪਰ ਦੇਣਾ ਪਏਗਾ ਅਤੇ ਪੇਪਰ ਵਿੱਚੋਂ 30 ਨੰਬਰ ਦਾ ਇਹ ਪੇਪਰ ਹੈ ਅਤੇ ਜਿਹਦੇ ਵਿੱਚ 24 ਨੰਬਰ ਆਉਣੇ ਲਾਜ਼ਮੀ ਹੈ। ਉਸ ਤੋਂ ਬਾਅਦ ਹੀ ਉਹਨਾਂ ਨੂੰ ਲਾਇਸੈਂਸ ਵਾਪਸ ਦਿੱਤਾ ਜਾਏਗਾ, ਉਹਨਾਂ ਦਾ ਲਾਇਸੈਂਸ ਰਿਲੀਜ਼ ਕੀਤਾ ਜਾਏਗਾ। ਤੁਹਾਨੂੰ ਦੱਸ ਦਈਏ, ਟ੍ਰੈਫਿਕ ਪੁਲਿਸ ਨੇ ਸੋਮਵਾਰ ਦਾ ਦਿਨ ਰੱਖਿਆ ਹੈ ਅਤੇ ਹਰ ਸੋਮਵਾਰ ਨੂੰ ਜਿਨ੍ਹਾਂ ਦੇ ਲਾਇਸੈਂਸ ਸਸਪੈਂਡ ਹੋਏ ਸੀ ਉਹਨਾਂ ਦੀ ਇੱਕ ਕਲਾਸ ਲਈ ਜਾਏਗੀ ਅਤੇ ਕਲਾਸ ਤੋਂ ਬਾਅਦ ਸੋਮਵਾਰ ਦਾ ਹੀ ਦਿਨ ਰੱਖਿਆ ਜਾਏਗਾ ਪੇਪਰ ਲਈ। ਅਤੇ ਪੇਪਰ ਵਿੱਚ ਪੁਲਿਸ ਨੇ ਦੱਸਿਆ ਕਿ ਪੇਪਰ ਕੋਈ ਮੁਸ਼ਕਿਲ ਪੇਪਰ ਨਹੀਂ ਹੈ, ਇਹ ਟ੍ਰੈਫਿਕ ਨਿਯਮਾਂ ਦੇ ਹੀ ਸਾਰੇ ਜਿਹੜੇ ਰੂਲ ਹੈ ਉਹਦੇ ਵਿੱਚ ਦੱਸੇ ਗਏ ਨੇ। ਅਤੇ ਪੁਲਿਸ ਵੱਲੋਂ ਪਹਿਲਾਂ ਇਹਨਾਂ ਦੀ ਕਲਾਸ ਲਈ ਜਾਏਗੀ, ਇਹਨਾਂ ਨੂੰ ਸਮਝਾਇਆ ਜਾਏਗਾ ਵੀ ਕਿਸ ਤਰ੍ਹਾਂ ਇਹ ਕੁਐਸਚਨ ਹੈ, ਕਿਸ ਤਰ੍ਹਾਂ ਇਹ ਆਂਸਰ ਹੈ, ਸਾਰਾ ਕੁਝ ਸਮਝਾ ਸਮਝੂ ਕੇ ਅਤੇ ਉਸ ਤੋਂ ਬਾਅਦ ਹੀ ਇਹਨਾਂ ਦਾ ਇੱਕ ਪੇਪਰ ਲਿਆ ਜਾਵੇਗਾ ਜਿਹੜਾ ਕਿ ਸੋਮਵਾਰ ਦਾ ਦਿਨ ਪੁਲਿਸ ਨੇ ਰੱਖਿਆ ਹੈ। ਅਤੇ ਪੇਪਰ 'ਚ 30 ਨੰਬਰਾਂ ਦਾ ਪੇਪਰ ਹੈ ਅਤੇ 24 ਨੰਬਰ ਆਉਣੇ ਲਾਜ਼ਮੀ ਹੈ। ਉਸ ਤੋਂ ਬਾਅਦ ਹੀ ਟ੍ਰੈਫਿਕ ਪੁਲਿਸ ਇਹਨਾਂ ਦਾ ਜਿਹੜਾ ਲਾਇਸੈਂਸ ਹੈ ਉਹ ਰਿਲੀਜ਼ ਕਰਵਾਏਗੀ। ਅਤੇ ਤੁਹਾਨੂੰ ਦੱਸ ਦਿੰਦੇ ਹਾਂ ਟ੍ਰੈਫਿਕ ਪੁਲਿਸ ਦੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਇਹਦੇ ਬਾਰੇ ਕੀ ਕੁਝ ਕਿਹਾ, ਤੁਹਾਨੂੰ ਸੁਣਾ ਦਿੰਦੇ ਹਾਂ। ਭੁਪਿੰਦਰ ਸਾਹਿਬ, ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਵੀ ਕਿਹੜੇ ਕਿਹੜੇ ਟ੍ਰੈਫਿਕ ਨਿਯਮਾਂ ਦੀ ਧੱਜਾ ਉਡਾਉਣ 'ਤੇ ਲਾਇਸੈਂਸ ਸਸਪੈਂਡ ਕੀਤੇ ਜਾਂਦੇ ਰੈਡ ਲਾਈਟ, ਓਵਰ ਸਪੀਡ ਅਤੇ ਸੈਕਿੰਡ ਵਾਰੀ ਅਗਰ ਪਹਿਲੀ ਵਾਰੀ ਕੋਈ ਆ ਚਲਾ ਤਾਂ ਦੂਜੀ ਵਾਰੀ ਫਿਰ ਲਾਇਸੈਂਸ ਕੈਂਸਲ ਹੋਏਗਾ, ਸਸਪੈਂਡ ਹੋਏਗਾ 3 ਮਹੀਨੇ ਲਈ। ਉਸ ਤੋਂ ਬਾਅਦ ਮੋਬਾਈਲ ਯੂਜ ਕਰਦੇ ਜਿਹੜੇ, ਉਸ ਤੋਂ ਬਾਅਦ ਆ ਜਾਂਦੇ ਆ ਡਰਿੰਕਿੰਗ ਡਰਾਈਵਿੰਗ, ਠੀਕ ਹੈ, ਚਾਹੇ ਹੈਲਮਟ ਅੱਗੇ ਵਾਲੇ ਨੇ ਨਹੀਂ ਪਾਇਆ ਚਾਹੇ ਪਿੱਛੇ ਵਾਲੇ ਨਹੀਂ ਪਾਇਆ। ਜਿੱਦਾਂ ਮੈਂ ਪੱਗ ਬੰਨੀ ਆ ਤਾਂ ਪਿੱਛੇ ਮੈਂ ਬਿਨਾਂ ਹੈਲਮਟ ਤੋਂ ਲੈ ਕੇ ਕੋਈ ਸਵਾਰੀ ਜਾ ਰਿਹਾ ਅਤੇ ਚਲਾਨ ਮੇਰਾ ਹੀ ਬੈਠਾ। ਤੀਸਰੇ ਜਾਂ ਰੋਂਗ ਸਾਈਡ ਐਂਟਰੀ ਹੋ ਜਾਂਦੀ, ਜਿੱਦਾਂ ਸਾਈਕਲ ਚਲਾਇਆ ਤਾਂ ਚਲਾਉਂਗੇ ਤਾਂ ਹੋਊਗਾ, ਕਿਉਂਕਿ ਸਾਈਕਲ ਵਾਲਿਆਂ ਨੂੰ ਖਤਰਾ ਪੈ ਜਾਏਗਾ। ਅਤੇ ਇਹਨਾਂ ਵਾਸਤੇ 3 ਮਹੀਨੇ ਲਈ ਕੈਂਸਲ ਹੁੰਦਾ ਹੈ। 3 ਮਹੀਨੇ ਬਾਅਦ ਸਾਡੇ ਕੋਲ ਕਲਾਸ ਲੱਗਦੀ ਹੈ, ਉਹਦੇ ਵਿੱਚ ਆਪਾਂ ਰਿਵੀਜ਼ਨ ਕਰਾਉਂਦੇ ਹਾਂ ਟ੍ਰੈਫਿਕ ਨੂੰ, ਔਰ ਉਸ ਤੋਂ ਬਾਅਦ ਪੇਪਰ ਲੈਂਦੇ ਹਾਂ। ਪੇਪਰ ਸਾਡੇ ਕੋਲ 30 ਨੰਬਰ ਦਾ ਪੇਪਰ ਆ ਅਤੇ ਇਹਨਾਂ ਵਿੱਚੋਂ 24 ਨੰਬਰ ਲੈਣੇ ਹੋਣਗੇ ਉਹਨਾਂ ਨੇ। 24 ਨੰਬਰ ਲੈ ਕੇ ਜਿਹੜੇ ਪਾਸ ਹੁੰਦੇ ਆ ਉਹਨਾਂ ਨੂੰ ਫਿਰ ਜਾ ਕੇ ਲਾਇਸੈਂਸ ਮਿਲਦਾ ਹੈ। 3 ਮਹੀਨੇ ਉਹ ਡਰਾਈਵਿੰਗ ਨਹੀਂ ਕਰਨਗੇ, 3 ਮਹੀਨੇ ਬਾਅਦ ਕਲਾਸ ਲਾਉਣਗੇ, ਕਲਾਸ ਲਾ ਕੇ ਫਿਰ ਲਾਇਸੈਂਸ ਮਿਲਦਾ। ਬਿਲਕੁਲ, ਅਗਰ ਪਾਸ ਨਹੀਂ ਹੁੰਦਾ ਤਾਂ ਉਹ ਟੈਸਟ ਅਨਲਿਮਿਟ ਪੇਪਰ ਦੇ ਸਕਦਾ, 2-3 ਵਾਰੀ ਹੋ ਜਾਂਦੇ ਆ, ਕਿਉਂਕਿ ਸਾਡੇ ਤਰੀਕਾ ਸਿਖਾਉਣ ਦਾ ਆਪਾਂ ਸਿਖਾਈ ਦਾ ਪਹਿਲਾਂ ਚੰਗੀ ਤਰ੍ਹਾਂ ਵਧੀਆ ਹੁੰਦਾ ਵਧੀਆ ਰੂਲ ਸਾਰੇ ਇਹ ਰੂਲ ਹੈ ਅਤੇ ਇਹ ਤੁਸੀਂ ਜਿਹੜੇ ਯਾਦ ਕਰਦੇ ਆ ਰੋਡ ਸਾਈਡ ਹੁੰਦੀ ਆ, ਰੋਡ ਸਾਈਡ ਦੇ ਰੀਜਨ ਕਰਦੇ ਆ 8 ਨੰਬਰ ਦਾ ਪੇਪਰ ਤੋਂ ਰੋਡ ਸਾਈਡ ਨਹੀਂ ਚੱਲਦਾ। ਅਤੇ ਇਹ ਜਿਹੜਾ ਲਾਇਸੈਂਸ ਸਸਪੈਂਡ ਹੁੰਦਾ ਜੀ, ਇਹ 3 ਮਹੀਨੇ ਦਾ ਟਾਈਮ ਪੀਰੀਅਡ ਤੋਂ ਬਾਅਦ ਹੀ ਕਲਾਸ ਲੱਗਦੀ ਹੈ? ਨਹੀਂ, ਕਲਾਸ 10 ਦਿਨ ਪਹਿਲਾਂ ਲੈ ਸਕਦੇ ਹੋ, ਲੇਕਿਨ ਲਾਇਸੈਂਸ ਤੁਹਾਨੂੰ 3 ਮਹੀਨੇ ਦਾ ਟਾਈਮ ਤੋਂ ਬਾਅਦ ਹੀ ਮਿਲੇਗਾ। ਅਗਰ ਕੋਈ ਕਲਾਸ ਲਾੜੀਏ 10 ਦਿਨ ਪਹਿਲਾਂ ਉਹ ਕੋਈ ਅੱਗੇ ਲਾ ਸਕਦੇ ਤੁਸੀਂ, ਪਰ ਉਹ ਤੋਂ ਬਾਅਦ ਮੈਨੂੰ 3 ਮਹੀਨੇ ਪੂਰੇ ਹੋ ਜਾਣਗੇ ਫਿਰ ਹੀ ਆ ਰਹੇ ਲਾਇਸੈਂਸ ਦੇ। ਅਤੇ ਇੱਕ ਕਦੋਂ ਪੁਲਿਸ ਕਲਾਸ ਲੈਂਦੀ ਹੈ, ਤੁਸੀਂ ਕਿਸ ਤਰ੍ਹਾਂ ਦਾ ਕਲਾਸ ਲੈਂਦੇ ਹੋ ਅਤੇ ਕਿਹੜਾ ਦਿਨ ਰੱਖਿਆ ਕਲਾਸ? ਮੰਡੇ ਰੱਖਿਆ ਉਹ ਕਲਾਸ ਵਾਸਤੇ। ਪਹਿਲਾਂ ਬਹੁਤ ਸਾਰੇ ਲੋਕ ਹੁੰਦੇ ਸੀਗੇ ਲਾਇਸੈਂਸ ਸਸਪੈਂਡ ਵਾਲੇ, ਤਾਂ ਉਦੋਂ ਡੇਲੀ ਸੀਗਾ, ਪਰ ਫਿਰ ਹੌਲੀ ਹੌਲੀ ਘੱਟਦੇ ਘੱਟਦੇ 2-3 ਹੋਣ ਲੱਗ ਗਏ 2, ਅਤੇ ਇਸ ਕਰਕੇ ਮੇਰੇ ਕਦਮ ਰੱਖਤਾ ਤਾਂ ਕਿ ਇਕੱਠੀ ਕਲਾਸ ਲੱਗ ਜਾਏ, ਕਿਉਂਕਿ 2 ਬੰਦੇ ਉਦੋਂ ਪੜ੍ਹਾਏ ਨਹੀਂ ਜਾ ਸਕਦੇ, ਨਾ ਪੇਪਰ ਲੈ ਸਕਦੇ, ਤਾਂ ਉਹ ਫਿਰ ਅਸੀਂ ਮੰਡੇ ਰੱਖਤਾ। ਅਤੇ ਮੰਡੇ ਵੀ 10-11 ਬੰਦੇ ਹੀ ਹੁੰਦੇ ਜੇ, ਕਿਉਂਕਿ ਹੁਣ ਬਹੁਤ ਲੋਕ ਜਿਹੜੇ ਆ ਸੂਝਵਾਨ ਹੋ ਗਏ ਇੱਥੋਂ, ਕਿਉਂਕਿ ਚਲਾਨ ਨਹੀਂ ਜਲਦੀ ਕਰਾਉਂਦੇ, ਕਿਉਂਕਿ ਕੈਮਰੇ ਲੱਗੇ ਹੋਏ ਆ, ਉਹਨੂੰ ਡਰ ਵੀ ਹੈ, ਜਿਹੜਾ ਇੱਕ ਵਾਰੀ ਆ ਜਾਂਦਾ ਅਤੇ ਉਹ ਦੁਬਾਰਾ ਤਾਂ ਗਲਤੀ ਕਰ ਲੈਂਦੀ। ਅਤੇ ਮਤਲਬ ਹੁਣ ਇਹ ਕਲੀਅਰ ਹੈ ਕਿ ਅਗਰ ਲਾਇਸੈਂਸ ਸਸਪੈਂਡ ਹੁੰਦਾ ਤਾਂ ਪੁਲਿਸ ਕਲਾਸ ਲਏਗੀ ਪਹਿਲਾਂ, ਔਰ ਪੇਪਰ ਦੇਗੀ, ਪੇਪਰ 'ਚ ਪਾਸ ਹੁੰਦੇ ਤਾਂ ਹੀ ਲਾਇਸੈਂਸ ਰਿਲੀਜ਼ ਲੈਂਦਾ। ਬਿਲਕੁਲ ਬਿਲਕੁਲ, ਤਾਂ ਹੀ ਮਿਲੇਗਾ ਜਦੋਂ ਪੇਪਰ ਦੇ ਵਿੱਚੋਂ ਪਾਸ ਹੋਏ। ਅਤੇ ਕਿੰਨੇ ਨੰਬਰਾਂ 'ਤੇ ਰੱਖਿਆ ਹੋਇਆ ਪੇਪਰ, ਕਿੰਨੇ ਨੰਬਰ ਆਉਣੇ ਚਾਹੀਦੇ? 24 ਨੰਬਰ, ਮੈਨੂੰ 24 ਨੰਬਰ ਆ ਜਿਹੜਾ ਕਿ ਉਹ ਪਾਸ ਹੋਵੇ। 30 ਨੰਬਰ ਦਾ ਪੇਪਰ, ਉਹਦੇ 'ਚ ਕੁਛ ਨਹੀਂ ਹੈ, ਸੜਕਾਂ ਦੀਆਂ ਗੱਲਾਂ ਸਾਰੀਆਂ, ਕਿ ਜਿੱਦਾਂ ਟਾਇਰਾਂ ਦੇ ਵਿੱਚ ਹਵਾ ਕਦੋਂ ਚੈੱਕ ਕਰਵਾਉਣੀ ਹੁੰਦੀ ਆ, ਉਹ ਲੋਕ ਕਹਿੰਦੇ ਜੀ ਪੈਟਰੋਲ ਪਾਉਣ ਚਾਹੀਏ, ਉਹ ਕਰਾਈ ਦੀ ਨਹੀਂ, ਜਦੋਂ ਟਾਇਰ ਠੰਡੇ ਹੁੰਦੇ ਆ, ਅਗਰ ਕੋਈ 100 ਕਿਲੋਮੀਟਰ ਚੱਲ ਰਿਹਾ ਪੈਟਰੋਲ ਖਤਮ ਹੋ ਗਿਆ ਕੀ ਹੋਏਗਾ, ਟਾਇਰ ਗਰਮ ਆ, ਆਪਾਂ ਪੈਟਰੋਲ ਪਵਾਇਆ
ਨਾਲ ਹੀ ਹਵਾ ਭਰਾਈ, ਉਹ ਪ੍ਰੈਸਰ ਪੂਰਾ ਨਹੀਂ ਚੈੱਕ ਕਰ ਪਾਏਗਾ ਕਿਉਂਕਿ ਟੈਬ ਨਰਮ ਆ ਅਤੇ ਪ੍ਰੈਸਰ ਬੈਕ ਨਹੀਂ ਆਏਗਾ। ਪ੍ਰੈਸਰ ਦਿਖਾਏਗਾ ਆਪਣਾ 30 ਅਤੇ ਹੋਏਗੀ ਉੱਥੇ ਹਵਾ ਚਾਲੀ ਹੋਏਗੀ, ਉਹ ਟੈਰ ਕੇ ਜਾ ਕੇ ਫਟ ਜਾਏਗਾ, ਫਿਰ ਟੈਰ ਫਟਣ ਦਾ ਕਾਰਨ ਨਹੀਂ ਹੁੰਦਾ। ਕਿੰਨੇ ਕੁ ਲੋਕ ਆਉਂਦੇ ਇੱਥੇ ਬੱਚੇ ਆਉਂਦੇ ਕਈ ਵਾਰੀ 15 ਬੱਚੇ ਆ ਜਾਂਦੇ, 15 ਤੋਂ ਥੱਲੇ ਥੱਲੇ ਰਹਿੰਦੇ ਆ, ਜ਼ਿਆਦਾ ਨਹੀਂ ਬੱਚੇ। ਇਹ ਲਗਾਤਾਰ ਚੱਲ ਰਿਹਾ ਹਰ ਮੰਡੇ? ਹਾਂ, ਹਰ ਮੰਡੇ ਚੱਲ ਰਿਹਾ। ਅਤੇ ਪੇਪਰ ਦਾ ਵੀ ਕੋਈ ਦਿਨ ਰੱਖਿਆ ਹੋਇਆ ਕੋਈ ਪਰਟੀਕੁਲਰ ਦਿਨ? ਪੇਪਰ ਦਾ ਵੀ ਪੇਪਰ ਹੀ ਮੰਡੇ ਆ। ਹਾਂ, ਮੰਡੇ ਪੇਪਰ ਲੈਂਦੇ ਆ, ਪਹਿਲਾਂ ਕਲਾਸ ਲਈ ਜਾਂਦੀ, ਉਹਨਾਂ ਦੀ ਰਿਵੀਅਰ ਕਰਾਇਆ ਜਾਂਦਾ, ਉਹਨਾਂ ਨੂੰ ਸਾਰੇ ਪ੍ਰੈਕਟਿਸ ਵੀ ਨਹੀਂ ਤੋੜਨੇ, ਕਿਉਂਕਿ ਇਹਨਾਂ ਨਾਲ ਆਪਾਂ ਇਕੱਲੇ ਚਲਾਉਣ 'ਤੇ ਨਹੀਂ ਆ, ਕਿਉਂਕਿ ਜਾਣੂ ਵੀ ਜਾਣੇ ਨਾ, ਬਹੁਤ ਸਾਰੀ ਜਾਨਾਂ ਜਾ ਰਹੀਆਂ ਸੜਕਾਂ ਦੇ ਉੱਤੇ। ਪੈਦਲ ਵਾਲਾ ਦੱਸੀਦਾ ਹੈ ਕਿ ਪੈਦਲ ਜਿਹੜਾ ਵਾ, ਜਦੋਂ ਸੜਕ 'ਤੇ ਚੱਲਣਾ ਵਾ ਤੁਸੀਂ ਲੈਫਟ ਸਾਈਡ ਨਹੀਂ ਚੱਲਣਾ, ਰਾਈਟ ਸਾਈਡ ਚੱਲਣਾ ਪੈਦਲ, ਪੈਦਲ ਵਾਸਤੇ। ਲੋਕ ਲੈਫਟ ਸਾਈਡ ਚੱਲਦੇ ਆ, ਪਿੱਛੇ ਵਾਲੀ ਗੱਡੀ ਦਿਖਦੀ ਨਹੀਂ ਆ, ਪਿੱਛੇ ਵਾਲੀ ਗੱਡੀ ਕੱਟ ਹੁੰਦੀ ਆ, ਉਹ ਅੱਗੇ ਪਿੱਛੇ ਜਾ ਕੇ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਜਦੋਂ ਆਪਾਂ ਰਾਈਟ ਸਾਈਡ ਚੱਲਾਂਗੇ ਤਾਂ ਕੀ ਹੋਏਗਾ, ਸਾਹਮਣੇ ਗੱਡੀ ਦਿਖੇਗੀ ਸਾਨੂੰ, ਆਉਂਦੀ ਅਗਰ ਕੋਈ ਸ਼ਰਾਬੀ ਆ ਜਾਂ ਕੋਈ ਬ੍ਰੇਕ ਫੇਲ ਹੋ ਗਿਆ ਤਾਂ ਆਪਾਂ ਆਪਦੇ ਇੱਧਰ ਉੱਧਰ ਹੋ ਕੇ ਜਾਣ ਬਚਾ ਸਕਦੇ। ਅਤੇ ਇਸ ਕਰਕੇ ਲੈਫਟ ਸਾਈਡ ਜਿਹੜਾ ਨਹੀਂ ਚੱਲਣਾ ਚਾਹੀਦਾ ਪੈਦਲ। ਅਕਸਰ ਵੇਖਿਆ ਕਿ ਬੱਚਿਆਂ ਨੂੰ ਬੜਾ ਹੁੰਦਾ ਰਾਈਟ ਵਿੰਗਰ ਡਰਾਈਵ ਹੁੰਦੀ ਆ ਅਤੇ ਲੈਫਟ ਸਾਈਡ ਸੜਕ 'ਤੇ ਬਿਲਕੁਲ ਚੱਲਣਾ ਚਾਹੀਦਾ, ਫੁੱਟਪਾਥ ਵੀ ਚੱਲਣਾ ਤਾਂ ਰਾਈਟ ਸਾਈਡ ਚੱਲੋ ਤਾਂ ਕਿ ਸਾਹਮਣੇ ਆਉਂਦਾ ਕੋਈ ਵਹੀਕਲ ਅਨਬੈਲੈਂਸ ਹੁੰਦਾ ਹੈ ਅਤੇ ਤੁਹਾਨੂੰ ਪਤਾ ਲੱਗ ਜਾਏ ਤੁਸੀਂ ਆਸੇ ਪਾਸੇ ਹੋ ਕੇ ਜਾਣ ਬਚਾ ਸਕਦੇ। ਨਹੀਂ, ਪੇਪਰ ਦੀ ਕੋਈ ਉਹ ਨਹੀਂ ਹੈਗੀ, ਲਿਮਿਟ ਹੈਗੀ, 2-3 ਵਾਰ 4 ਵਜੇ ਦੇ ਸਕਦਾ, ਲੇਕਿਨ ਪਾਸ ਹੋ ਜਾਂਦੇ ਬੜੇ ਆਸਾਨ ਕੁਸ਼ਚਨ ਨੇ, ਬੱਚੇ ਪਾਸ ਹੋ ਜਾਂਦੇ ਛੋਟੇ ਕੁਸ਼ਚਨ। ਦੇਖੋ ਇਹਦਾ ਰੋਡ ਸਾਈਡ ਦਾ ਕੀ ਮਤਲਬ ਹੈ, ਬੜਾ ਆਸਾਨ ਕੁਸ਼ਚਨ ਹੈ ਅਤੇ ਤੁਸੀਂ ਕਰ ਸਕਦੇ ਹੋ, ਕੋਈ ਵੀ ਕਰ ਸਕਦਾ। ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।